ਜੀ ਜਦੋਂ ਹੁਸੈਨ ਦਾ ਨਾਨਾ ਆਇਆ ਪੱਥਰ ਨੇ ਮੇਰੇ ਨਬੀ ਦੇ ਦਰੂਦ ਵੀ ਪੜਿਆ ਸਲਾਮ ਵੀ ਪੜਿਆ। ਮੈਂ ਇੱਥੇ ਇੱਕ ਲਫ਼ਜ਼ ਕਹਿਣ ਲਗਾ, ਓਏ ਬੇਜ਼ੁਬਾਨ, ਹੁਸੈਨ ਦੇ ਨਾਨੇ ਤੇ ਪੜੇ ਦਰੂਦੋ ਸਲਾਮ ਤੇ ਜ਼ੁਬਾਨ ਵਾਲਾ ਆਖੇ ਇਸ ਟਾਈਮ ਪੜੋ ਤੇ ਇਸ ਟਾਈਮ ਨਾ ਪੜੋ। ਮੈਂ ਆਖਿਆ ਪੱਥਰਾਂ ਨੇ ਨਬੀ ਤੇ ਦਰੂਦ ਪੜਨੇ ਵਾਸਤੇ ਸਲਾਮ ਦੀ ਹੱਥ ਨਹੀਂ ਰੱਖੀ, ਜੇ ਪੱਥਰ ਹੱਥ ਨਹੀਂ ਰੱਖਦੇ ਮੁਹੰਮਦ ਦਾ ਨਾਮ। ਨਾਰਾਏ ਤਕਬੀਰ, ਨਾਰਾਏ ਰਿਸਾਲਤ, ਨਾਰਾਏ ਹੈਦਰੀ, ਨਾਰਾਏ ਤਹਿਕੀਕ, ਨਾਰਾਏ ਗੌਸੀਆ। ਇੱਕ ਮੇਰੀ ਗੁਜ਼ਾਰਿਸ਼ ਹੈ, ਜਦੋਂ ਵੀ ਮੌਲਾ ਅਲੀ ਦਾ ਨਾਰਾ ਮਾਰਨਾ ਸੱਜਾ ਬਾਜ਼ੂ ਚਾਹ ਕੇ ਜਵਾਬ ਦੇਣਾ, ਨਾਰਾ ਹੈਦਰੀ। ਇਹ ਜਿਹੜੇ ਫਰੰਟ ਤੇ ਬੈਠੇ ਹੋ, ਫਰੰਟ ਤੇ ਕਰੰਟ ਸਮਝ ਆਈ ਜੇ ਨਾ ਮਾਸ਼ਾਅੱਲਾ, ਜ਼ਰਾ ਜਾ ਕੇ ਨਾਰਾ ਹੈਦਰੀ। ਔਰ ਜਿਹੜੇ ਸਟੇਜ ਤੇ ਮੁਅੱਜ਼ਜ਼ ਸਨਾ ਖਾਨ ਉਲਾਮਾ ਤਸ਼ਰੀਫ ਫਰਮਾ ਨੇ, ਉਹਨਾਂ ਦੀ ਵੀ ਤਵੱਜੋ ਚਾਹਨਾ। ਅਬਾਬੀ ਸੀ ਵਕਾਰ, ਅਗਲੀ ਗੱਲ ਬੜੀ ਮਜ਼ੇ ਵਾਲੀ ਹੈ। ਖਾਲਦ ਸੁਲਤਾਨੀ ਸਾਹਿਬ ਸਿਆਲਮੋੜ ਤੋਂ, ਅਲੀ ਸ਼ਾਨ ਬੁਖਾਰੀ ਸਾਹਿਬ ਆਏ ਸਿਆਲਮੋੜ ਤੋਂ। ਤਵੱਜੋ, ਓਏ ਅਜ਼ਰ ਮੇਰਾ ਪੁੱਤਰ, ਇਹ ਕਿਹਨੂੰ ਪਿਆ ਬੁਲਾਉਂਦਾ? ਇਹਨੂੰ ਇਹਨੂੰ ਆਖੋ ਮੇਰੀ ਤਕਰੀਰ ਸੁਣ ਲਵੇ। ਮਾਸ਼ਾਅੱਲਾ, ਇਹ ਮੇਜ਼ਬਾਨ ਕਈ ਇੰਜ ਦੇ ਹੁੰਦੇ ਨੇ, ਬੁਲਾ ਕੇ ਮੈਂ ਆਪਣੇ ਕੰਮਾਂ ਹੀ ਮਸਰੂਫ ਹੋ ਜਾਂਦੇ। ਨਾਰਾ ਹੈਦਰੀ। ਹੁਣ ਬਸ ਤਵੱਜੋ, ਅਜ਼ਰ ਅਲੀ ਔਰ ਇਹਨਾਂ ਦੀ ਸਭ ਦੀ ਮੁਹੱਬਤ, ਔਰ ਮੇਰੀ ਤੇ ਹੁਣ ਨਜ਼ਰ ਪਈ ਹੈ, ਲੰਗਰ ਵੀ ਨਾਲ ਪਿਆ ਚੱਲਦਾ। ਇਹ ਜੇ ਨਾਲ ਲੰਗਰ ਵੀ ਚੱਲਦਾ ਰਿਹਾ ਤੇ ਇਹ ਉਹਨਾਂ ਨੇ ਹੱਥ ਕਾਰ ਵੱਲ ਦੇ ਦਿਲ ਯਾਰ ਵੱਲ। ਹਾਂਜੀ ਮਾਸ਼ਾਅੱਲਾ, ਜੋ ਤੁਸੀਂ ਮੇਰੇ ਵੱਲ ਧਿਆਨ ਕਰੋ, ਮੈਂ ਹਾਲਾਂਕਿ ਉਦੋਂ ਵੇਖਿਆ ਕੋਈ ਨਹੀਂ, ਪਰ ਤੁਹਾਨੂੰ ਪਤਾ ਚੱਲ ਗਿਆ ਲੰਗਰ ਕਿੱਥੇ ਛਾਇਆ ਪਿਆ। ਹਾਂ, ਨਾਰਾ ਗੌਸੀਆ। ਅਜ਼ਰ ਮੇਰਾ ਪੁੱਤਰ, ਤੇਰਾ ਵੀਰ ਮਜ਼ਹਰ ਅਲੀ ਸ਼ਹੀਦ ਖੁਸ਼ ਹੈ ਤੁਹਾਡੇ ਸਾਰਿਆਂ ਤੇ। ਮਾਸ਼ਾਅੱਲਾ, ਤੁਹਾਡੀ ਬੜੀ ਮੁਹੱਬਤ, ਬੜਾ ਪਿਆਰ ਹੈ। ਅੱਜ ਬੁਖਾਰੀ ਸਾਹਿਬ ਸੈਯਦਜ਼ਾਦੇ ਵੀ ਬੈਠੇ ਨੇ। ਅਗਲਾ ਨੁਕਤਾ ਬੜਾ ਕੀਮਤੀ, ਜਿਹੜੇ ਸੁਣਨਾ ਚਾਹੁੰਦੇ ਹੋ ਨਾਰਾ ਹੈਦਰੀ, ਉਹ ਪਤਾ ਨੁਕਤਾ ਕੀ ਕੀਮਤੀ ਹੈ। ਇਹ ਗੱਲ ਮੈਂ ਬੜੀ ਪੇਟੈਂਟ ਕਰਨ ਲੱਗਾ, ਔਰ ਜ਼ਿੰਮੇਦਾਰੀ ਨਾਲ ਕਰਨ ਲੱਗਾ, ਆਉਣ ਦੀ ਮਾਇਕ ਕਰਨ ਲੱਗਾ। ਉਹ ਨੁਕਤਾ ਡਾਕਟਰ ਸਾਹਿਬ, ਨੁਕਤਾ ਇਹ ਵੇ, ਜਦੋਂ ਉਸ ਮੱਕੇ ਦੇ ਪੱਥਰ ਨੇ ਕਮਲੀ ਵਾਲੇ ਤੇ ਦਰੂਦ ਪੜੇ ਆ ਨਾ, ਉਦੋਂ ਤੇ ਨਬੀ ਸਾਈ ਨੇ ਇਲਾਨੀ ਨਬੂਵਤ ਹੀ ਨਹੀਂ ਸੀ ਕੀਤੀ। ਖੌਰ ਕਰਨਾ ਆਪੇ ਸੀ ਬਕਾਰ, ਇਲਾਨੇ ਨਬੂਵਤ ਮੇਰੇ ਆਕਾ ਨੇ ਨਹੀਂ ਸੀ ਕੀਤਾ। 40 ਸਾਲ ਉਮਰ ਮੇਰੇ ਆਕਾ ਦੀ ਅਜੇ ਮੁਕੰਮਲ ਨਹੀਂ। ਇਲਾਨੇ ਨਬੂਵਤ ਤੋਂ ਕਬਲ ਪੱਥਰਾਂ ਨੂੰ ਪਤਾ ਲੱਗ ਬੰਜੇ, ਇਹ ਖਤਮੇ ਨਬੂਵਤ ਦਾ ਤਾਜਦਾਰ। ਇੱਕ ਉੱਚੀ ਬਾਤ ਨੂੰ ਉੱਚੀ ਬਾਤ ਨਾਲ ਆਖੋ ਸੁਭਾਨ ਅੱਲਾਹ। ਗੌਰ ਕਰਨਾ ਹਬਾਬੇ ਸੀ ਬਕਾਰ, ਅਗਲਾ ਨੁਕਤਾ ਬੜਾ ਹਸੀਨ ਹੈ। ਫਿਰ ਪਤਾ ਕੀ ਹੋਇਆ, ਕਈ ਸਾਲ ਜਦੋਂ ਲੱਗੇ ਨਾ, ਕਈਆਂ ਸਾਲਾਂ ਬਾਅਦ ਮੇਰੇ ਆਕਾ ਦੀ ਉਮਰ ਜਦੋਂ 40 ਸਾਲ ਮੁਕੰਮਲ ਹੋਈ ਨਾ, ਤੇ ਸਾਈਂ ਨੇ ਆਨਾ ਮੁਹੰਮਦ ਰਸੂਲੁੱਲਾ ਦਾ ਐਲਾਨ ਕੀਤਾ। ਤੇ ਜਦੋਂ ਐਲਾਨੇ ਨਬੂਵਤ ਕਰ ਲਿਆ ਨਾ, ਫਿਰ ਅਬੂ ਬਕਰ, ਉਮਰ, ਉਸਮਾਨੇ ਖਾਨੀ, ਮੌਲਾ ਅਲੀ, ਜਾਬਰ ਤਲਹਾ ਆਪਣੇ ਸਹਾਬਾ ਵਿੱਚ ਬੈਠ ਕੇ, ਤੇ ਪਤਾ ਲਜਪਾਲ ਨਬੀ ਨੇ ਕੀ ਆਖਿਆ, ਇਹ ਜੁਮਲਾ ਸੁਣਨਾ, ਸਹਾਬਾ ਦੀ ਫਜ਼ਲ ਹੈ ਤੇ ਮੇਰੇ ਆਕਾ ਗੁਲਾਮਾਂ ਵਿੱਚ ਬੈਠ ਕੇ ਆਉਂਦੇ ਨੇ। ਔਰ ਜਿਸ ਪੱਥਰ ਨੇ ਮੈਂ ਮੁਹੰਮਦ ਇਲਾਨੇ ਨਬੂਵਤ ਤੋਂ ਪਹਿਲਾਂ ਦਰੂਦ ਤੋਂ ਸਲਾਮ ਪੜਿਆ ਸੀ, ਹਜ਼ੂਰ ਆਂਦੇ ਨੇ ਮੈਂ ਅੱਜ ਵੀ ਉਸ ਪੱਥਰ ਨੂੰ ਚਾਰਨਾ। ਓਏ ਕੋਤ ਖੁਦਾ ਯਾਰ ਵਾਲੇ ਹੋ, ਅਸਲਮ ਸਾਹਿਬ ਦੀ ਦਾਵਤ ਉੱਤੇ ਆਉਣ ਵਾਲੇ ਹੋ, ਮੈਂ ਫਿਰ ਜੁਮਲਾ ਰਿਪੀਟ ਕਰਨ ਲੱਗਾ, ਸਹਾਬਾ ਦੀ ਫਜ਼ਲ ਹੈ ਮੇਰੇ ਆਕਾ ਦੇ ਲਬ ਹਿਲੇ ਨੇ। ਵਮਾ ਯੰਤ ਇਲਾਵਾ ਇਨ ਹੁਵਾ ਇਲਾ ਵਹਿਯੂ ਯੂਹਾ, ਮੇਰੇ ਆਕਾ ਦੀ ਜ਼ਬਾਨ ਹਰਕਤ ਅੰਦਰ ਆਈ, ਮੇਰੇ ਆਕਾ ਨੇ ਫਰਮਾਇਆ, ਅਬੂ ਬਕਰ ਸੁਣ ਲਓ, ਉਮਰ ਸੁਣ ਲਓ, ਉਸਮਾਨੇ ਖਾਨੀ ਸੁਣ ਲਓ, ਜਿਸ ਪੱਥਰ ਨੇ ਮੈਂ ਮੁਹੰਮਦ ਇਲਾਨੇ ਨਬੂਵਤ ਤੋਂ ਪਹਿਲਾਂ ਦਰੂਦ ਓ ਸਲਾਮ ਪੜਿਆ, ਸਰਕਾਰ ਆਂਦੇ ਮੈਂ ਅੱਜ ਵੀ ਉਸ ਪੱਥਰ ਨੂੰ ਚਾਹੁੰਦਾ। ਅਗਲਾ ਜੁਮਲਾ ਬੜਾ ਕੀਮਤੀ ਹੈ, ਅਲੀ ਸ਼ਾਨ ਬੁਖਾਰੀ ਸਾਹਿਬ ਆਪ ਦੀ ਤੜਪ ਦੀ ਨਜ਼ਰ, ਮੈਂ ਪੈਰ ਤਾਂ ਫੇਰਾ ਸ਼ਰੀਫ, ਹਜ਼ੂਰ ਸ਼ਾਹ ਉਮਰ ਪੀਰ ਮੁਹੰਮਦ ਕਰਮ ਸ਼ਾਲਾ ਸ਼ਰੀ ਰਹਿਮਤੁਲਾਹੀ ਤਾਲਾ ਆਪ ਦੇ ਹੱਥਾਂ ਵਿੱਚ ਹੱਥ ਦਿੱਤੇ। ਲੋਕੋ, ਅਗਰ ਮੁਝ ਗੁਨਾਹਗਾਰ ਦਾ ਨਾਮ ਮੇਰੇ ਮੁਰਸ਼ਦ ਦੀ ਜ਼ਬਾਨ ਤੇ ਆ ਜਾਏ, ਮੈਨੂੰ ਚਾਹ ਚੜਨੇ ਕਿ ਮੇਰਾ ਨਾਮ ਮੇਰੇ ਮੁਰਸ਼ਦ ਦੀ ਜ਼ਬਾਨ ਤੇ, ਅਗਰ ਤੁਹਾਡਾ ਨਾਮ ਸੁਲਤਾਨੇ ਬਾਹੂ ਦੇ ਸ਼ਹਿਜ਼ਾਦਿਆਂ ਦੀ ਜ਼ਬਾਨ ਤੇ ਆ ਜਾਏ, ਅਗਰ ਤੁਹਾਡਾ ਨਾਮ ਤਾਜਦਾਰੇ ਖੋਲੜਾ ਦੀ ਨਸਲ ਦੀ ਜ਼ਬਾਨ ਤੇ ਆ ਜਾਏ, ਅਗਰ ਤੁਹਾਡਾ ਨਾਮ ਬਾਬਾ ਫਰੀਦ ਦੇ ਅਰੇ ਅਰੇ ਲਖਤੇ ਜ਼ਿਕਰ ਦੀ ਜ਼ਬਾਨ ਤੇ ਆ ਜਾਏ, ਓਏ ਤੇਰਾ ਨਾਮ ਤੇਰਾ ਮੁਰਸ਼ਦ ਲਵੇ, ਤੂੰ ਆਪਣੇ ਮੁਕੱਦਰ ਤੇ ਨਾਸ ਕਰੇ, ਉਸ ਪੱਥਰ ਦੇ ਪਖਤਾ ਵੱਲ ਨਜ਼ਰ ਮਾਰ ਜਿਹਦਾ ਜ਼ਿਕਰ ਜ਼ਹਰਾ ਦਾ ਬਾਬਾ ਕਰਦਾ।